निति ये आ जा। की हो गया बेबे? मैं ते ना तू तंग आ। क्यों, की होया बेबे? पता नहीं केड़िया फ्रेंडा ने इना दिया जिन्हां नाल फोन ते हस हस के गल्लां करदे रहिंदे ने, वेले इक वेले उन्हां नूं मिलन तुर जांदे ने। बेबे मैं लख कोशिश कीती कि मैं शक ना करां, पर हुण बंदे नूं शक हो ही जांदा है। मियां खसमां नूं खाना धीए, ਬੰਦੇ ਤੇ ਤੀਵੀਂ ਦਾ ਝਗੜਾ ਤਾਂ ਮੁੱਢ ਕਦੀਮ ਤੋਂ ਰਿਹਾ ਹੈ। ਨਾਲੇ ਕਿਹੜੀ ਜਨਾਨੀ ਹੈ ਜਿਹੜੀ ਆਪਦੇ ਖਸਮ ਤੋਂ ਸੁਖੀ ਹੈ? ਨਹੀਂ ਕਿਉਂ ਸੰਤੀਏ? ਆਹੋ ਬੇਬੇ, ਮੈਂ ਤਾਂ ਰੋਜ਼ ਝਾਂਬੀ ਲਾਉਂਦੀ ਹਾਂ, ਮੋਇਆ ਡੱਟ ਵਾਂਗ ਬੋਤਲ 'ਚ ਹੀ ਵੜਿਆ ਰਹਿੰਦਾ, ਬੁੱਚੜ ਜਿਹਾ ਕਿਸੇ ਥਾਂ ਦਾ। 2 ਮਹੀਨੇ ਹੋ ਗਏ ਮੈਂ ਤਾਂ ਇਹਨਾਂ ਨੂੰ ਬੁਲਾਉਣਾ ਹੀ ਛੱਡਤਾ, ਜੱਫੀਆਂ ਭਾਵੇਂ 50 ਪਾ ਲਈਏ, ਸੌਂ ਲੱਗੇ ਜੇ ਮੈਂ ਇਹਨਾਂ ਨਾਲ ਗੱਲ ਵੀ ਕੀਤੀ ਹੋਵੇ। ਗੱਲ ਸੁਣਤੀਏ, ਤੂੰ ਫਿਕਰ ਨਾ ਕਰ, ਸਭ ਕੁਝ ਠੀਕ ਠਾਕ ਹੋ ਜੂਗਾ। ਤੂੰ ਇੱਕ ਗਾਣਾ ਸੁਣ, ਤੇਰਾ ਮੂਡ ਠੀਕ ਹੋ ਜੂ। ਨਹੀਂ ਨਿੱਕੀਏ, ਨਹੀਂ ਉਹ ਕੀ ਕਹਿੰਦੀਆਂ ਹੋਣੀਆਂ ਤੁਸੀਂ ਅੰਗਰੇਜ਼ੀ 'ਚ? ਬੇਬੇ ਕੀਪ ਕਾਮ ਐਂਡ ਲਿਸਨ ਟੂ ਦਿਲਜੀਤ ਦੁਸਾਂਝ। ਆਹੋ ਬੜਾ ਕਿਊਟੂ ਜਿਹਾ ਮੁੰਡਾ ਹੈ, ਨਹੀਂ ਬਿਲਕੁਲ ਤੇਰੇ ਭਾਪੇ ਵਰਗਾ, ਉਹਦਾ ਗਾਣਾ ਸੁਣ। ਨਹੀਂ ਕੁੜੀਓ, ਨਹੀਂ ਆਓ, ਨਹੀਂ ਨਹੀਂ ਆਓ, ਭੱਜੋ ਸਾਰੀਆਂ, ਨਹੀਂ ਇਸ ਚੁਬਾਰੇ ਨੂੰ ਬਣਾ ਦਈਏ ਆਪਾਂ ਡਿਸਕੋ। ਲੈਂਬਰਗਿਨੀ ਤੇ ਕਿੱਥੇ ਲਾਉਂਦਾ ਫਿਰੇ ਗੇੜੀਆਂ, ਜਰੀਆਂ ਨੀ ਜਾਂਦੀਆਂ ਫਰੈਂਡ ਮੈਥੋਂ ਤੇਰੀਆਂ। ਲੈਂਬਰਗਿਨੀ ਤੇ ਕਿੱਥੇ ਲਾਉਂਦਾ ਫਿਰੇ ਗੇੜੀਆਂ, ਜਰੀਆਂ ਨੀ ਜਾਂਦੀਆਂ ਫਰੈਂਡ ਮੈਥੋਂ ਤੇਰੀਆਂ। ਵੇ ਪੋਟਾ ਪੋਟਾ ਪਿੰਜਿਆ ਪਿਆ, ਹਾਏ ਪਿੰਜਿਆ ਜਾਂਦਾ ਏ ਜਿਵੇਂ ਰੂਹ, ਗਦਲ ਤੇਰਾ ਕਾਲਾ ਮੁੰਡਿਆ, ਭਾਵੇਂ ਚੰਨ ਤੋਂ ਸਮੱਖਾ ਤੇਰਾ ਮੂੰਹ, ਤੇਰਾ ਕਾਲਾ ਮੁੰਡਿਆ, ਭਾਵੇਂ ਚੰਨ ਤੋਂ ਸਮੱਖਾ ਤੇਰਾ।
ਕਹਿੰਦੀ ਨਾਨੂੰ ਬਦਲ ਤੇਰਾ ਕਾਲਾ ਮੁੰਡਿਆ ਭਾਵੇਂ ਚੰਨ ਤੋਂ ਸਮੱਖਾ ਤੇਰਾ ਮੂੰਹ ਬਦਲ ਤੇਰਾ ਕਾਲਾ ਮੁੰਡਿਆ ਭਾਵੇਂ ਚੰਨ ਤੋਂ ਸਮੱਖਾ ਤੇਰਾ ਮੂੰਹ ਮੈਂ ਸਾਰੇ ਘਰ ਚ ਲੱਭੀ ਜਾਣਾ ਤੂੰ ਤੇ ਸ਼ਦੈਣਾ ਵਾਂਗੂ ਨੱਚੀ ਜਾ ਕਿਉਂ ਕੀ ਹੋਇਆ ਉਹ ਹਮੇਸ਼ਾ ਖਿਜਦੀ ਰਹਿੰਦੀ ਆ ਕਿ ਮੈਨੂੰ ਫਰਿੰਡਾਂ ਦੇ ਫੋਨ ਆਉਂਦੇ ਆ ਫਰਿੰਡਾਂ ਦੇ ਫੋਨ ਆਉਂਦੇ ਆ ਮੈਂ ਕਿਹਾ ਤੈਨੂੰ ਫਰਿੰਡਾਂ ਮਿਲਾ ਹੀ ਦਵਾਂ ਆ ਜਾਓ ਭਾਈ ਗਗਨ ਸਿਮਰਨ ਤੇ ਬੀਤੀ ਉਹ ਖੁਸ਼ ਹੈ ਹੁਣ ਹੁਣ ਤੇ ਨੀ ਨਾ ਕਰੇਗੀ ਸ਼ੱਕ ਤੇ ਦਿਲ ਕੌਣ ਓਹੋ ਮੈਂ ਭੁੱਲ ਹੀ ਗਿਆ ਉਹ ਆਪਣਾ ਦਿਲਜੀਤ ਉਹ ਦਸਾਂਝ ਉਹ ਆ ਜਾ ਭਾਈ ਮਿਲ ਲੈ ਤੂੰ ਵੀ ਭਾਬੀ ਨੂੰ ਆ ਜਾ ਲੋ ਮਿਲ ਲੋ ਸਤਿ ਸ਼੍ਰੀ ਅਕਾਲ ਉਹ ਦੰਦੀਆਂ ਨਾ ਕੱਢ ਚੱਲ ਫੋਟੋ ਕਰਾ ਸਾਡੀ ਫੈਮਿਲੀ ਨਾਲ ਓ ਸੋਰੀ